ਉਹ ਕਿਹੜੀ ਤਬਦੀਲੀ ਲਿਆਂਦੀ ਪੰਜਾਂ ਮਹੀਨਿਆਂ 'ਚ ਤਾਂ ਮੈਨੂੰ ਲੱਗਦਾ ਤੁਸੀਂ ਕੱਪੜੇ ਨੇ ਤਬਦੀਲ ਕੀਤੇ। ਗੈਸ ਨੂੰ ਵੇਖ ਲਓ, ਖੋਤੇ ਦੇ ਸਿੰਘ ਵਾਂਗੂ ਗਾਇਬ ਹੋਈ ਹੈ। ਬਿਜਲੀ ਨੂੰ ਵੇਖ ਲਓ, ਲੱਗਦਾ ਚੰਗੇਜ਼ ਖਾਨ ਦਾ ਜ਼ਮਾਨਾ ਫੇਰ ਆ ਜਾਣਾ। ਕੁਛ ਤਾਂ ਦੱਸੋ ਤੁਸੀਂ ਹੁਣ ਤੱਕ ਕੀਤਾ ਕੀ ਹੈ? ਪੁੱਤ ਬਸ ਕਰ ਜਾ, ਉਹ ਸਵਾਲ ਕਰ ਜਿਹਦਾ ਜਵਾਬ ਬੱਚਾ ਵੀ ਦੇ ਸਕੇ। ਇਹਦਾ ਮਤਲਬ 5 ਸਾਲ ਅੱਖਾਂ 'ਤੇ ਪੱਟੀ ਅਤੇ ਕੰਨਾਂ 'ਚ ਰੂੰ ਪਾ ਲਈਏ। ਮੇਰਾ ਇੱਕ ਸਵਾਲ ਆ, ਉਹ ਇਹਨਾਂ ਨੇ ਜਵਾਬ ਨਹੀਂ ਦੇਣੇ, ਇਹਨਾਂ ਨੂੰ ਤੂੰ ਜਵਾਬ ਹੀ ਸਮਝ। ਮੈਂ ਕੀ ਜਵਾਬ ਦੇਵਾਂ ਯਾਰ? ਮੈਂ ਕਹਿ ਦਿਆਂ, ਤੂੰ ਕਹਿ ਦੇ। ਲਓ ਜੀ, ਇਹ ਵਾਹਿਦ ਹਕੂਮਤ ਆ ਜਿਹਨੇ ਇੰਨੇ ਥੋੜ੍ਹੇ ਟਾਈਮ ਦੇ ਵਿੱਚ ਪਕੌੜੇ 5 ਰੁਪਏ ਕਿਲੋ ਸਸਤੇ ਕਰ ਦਿੱਤੇ ਨੇ ਅਤੇ ਬਰਫ਼ ਦਾ ਰੇਟ ਤਾਂ ਇੰਨਾ ਥੱਲੇ ਆ ਗਿਆ। ਬਸ ਬਸ, ਤੂੰ ਵੀ ਰਹਿਣ ਦੇ, ਇੰਨੀਆਂ ਤਰੀਫਾਂ ਅੱਛੀਆਂ ਨਹੀਂ ਹੁੰਦੀਆਂ। ਅਸੀਂ ਕਿਤੇ ਗਰੂਰ 'ਚ ਨਾ ਆ ਜਾਈਏ। ਮੈਂ ਡਰਦਾ ਤੁਸੀਂ ਕਿਤੇ ਕੜਿੱਕੀਏ 'ਚ ਨਾ ਆ ਜਾਓ। ਤੁਹਾਡੀ ਗੱਲ ਠੀਕ ਹੈ, ਪਰ ਇਹ ਵੀ ਵੇਖੋ ਨਾ ਕਿ 5 ਮਹੀਨਿਆਂ 'ਚ ਬੰਦਾ ਕੀ ਕਰ ਸਕਦਾ। 5 ਮਹੀਨਿਆਂ 'ਚ ਤਾਂ ਆਂਡਾ ਨਹੀਂ ਉਬਲਦਾ, ਝੱਗ ਨਹੀਂ ਬਹਿੰਦੀ, ਹਾਂਡੀ ਤਾਂ ਸਹੀ ਤਰ੍ਹਾਂ ਤਰੀ ਨਹੀਂ ਆਉਂਦੀ। ਹੈ ਜੀ, ਬਹੁਤ ਅੱਛੇ ਵਜ਼ੀਰੇ ਜਾਲਾ। ਚਲੋ ਵੀ, ਚਲੋ ਘਰ ਚੱਲੀਏ, ਸਾਨੂੰ ਵੀ ਘਰ ਜਾਂਦੇ ਆ, 5 ਮਹੀਨੇ ਲੱਗ ਜਾਣੇ ਆ। ਚਲੋ ਤੁਸੀਂ ਆਉਂਦੇ ਜਾਣਦੇ ਇਹਨਾਂ ਨੂੰ ਸਰ ਜਵਾਬ ਦੇ ਦੇਣੇ ਸੀ, ਪਹਿਲੇ ਕੁਛ ਕਰ ਤਾਂ ਲਈਏ।